ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਭਰਾਵਾਂ ਦਾ ਆਪਣੇ ਯੂਟਿਊਬ ਚੈਨਲ ਧੂਰੀ ਕਾਰੋਬਾਰ ਤੇ ਇੱਕ ਵਾਰੀ ਫਿਰ ਤੇ ਬਈ ਅੱਜ ਆਪਾਂ ਲੈ ਕੇ ਆਗਾ ਤੁਹਾਡੇ ਵਾਸਤੇ ਰੇਡਜ਼ ਕਾਰ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਆ ਸਾਫ ਕੰਡੀਸ਼ਨ ਦੀ ਕਾਰ ਆ ਟੱਚਿੰਗ ਟੂਚਿੰਗ ਹੈਗੀ ਆ ਥੋੜ੍ਹੀ ਮੋਟੀ ਪਰ ਇਸ ਗੱਡੀ 'ਤੇ ਤੁਸੀਂ ਐਂ ਲਾ ਲਓ ਵੀ ਹਿਸਾਬ ਤੁਹਾਨੂੰ 10,000 ਰੁਪਏ ਦੇਣ ਦੀ ਲੋੜ ਆ ਬਾਕੀ ਤੁਹਾਨੂੰ ਕੁਛ ਦੇਣ ਦੀ ਲੋੜ ਨਹੀਂ ਹੈਗੀ ਇਹ ਗੱਡੀ ਕਿਵੇਂ ਬਣ ਸਕਦੀ ਹੈ ਤੁਹਾਡੀ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਨਾਲ ਆ ਗਏ ਨੇ ਆਪਣੇ ਅੰਮ੍ਰਿਤ ਭਾਅ ਜੀ ਅਤੇ ਇਹ ਦੇਣਗੇ ਆਪਾਂ ਨੂੰ ਗੱਡੀ ਦੀ ਡਿਟੇਲ ਅਤੇ ਦੱਸਣਗੇ ਇਹ ਗੱਡੀ ਆਪਾਂ ਨੂੰ 5 ਤੋਂ 10,000 ਦੇ ਕੇ ਜਾਂ 15,000 ਦੇ ਕੇ ਕਿਵੇਂ ਬਣ ਸਕਦੀ ਆ ਉਹ ਆਪਾਂ ਦੱਸਦੇ ਹਾਂ ਵੀਡੀਓ ਵਿੱਚ ਨੈਕਸਟ ਉਹ ਜੀ ਆ ਗਏ ਨੇ ਆਪਣੇ ਨਾਲ ਅੱਜ ਆਪਣੇ ਭਾਅ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਕਿਵੇਂ ਹੋ ਰਿਹਾ ਹਾਂ ਚੜ੍ਹਦੀ ਕਲਾ ਠੀਕ ਆ ਜੀ ਤੇ ਕਹਿੰਦੇ ਅੱਜ ਮੈਂ ਰੇਡ ਤੇ ਲੈ ਕੇ ਆ ਜੀ ਉਹ ਵੀ ਰੇਡ ਜੀ ਲਿਆਂਦੀ ਆ ਉਹ ਵੀ ਕਹਿੰਦੇ ਬੰਬੇ ਤੋਂ ਹੈ ਜੀ ਹਾਂ ਜੀ ਆ ਤੇ ਕਿਵੇਂ ਹੈ ਜੀ ਕੀ ਗੱਲਬਾਤ ਹੈ ਗੱਡੀ ਕਿੰਨਾ ਮਾਡਲ ਹੈ ਇਹ 2016 LDI ਆ 16 LDI ਅੱਛਾ ਠੀਕ ਆ ਜੀ ਆ ਫਸਟ ਆਪਾਂ ਨੇ ਆਈ ਆਈ ਆ ਗੱਡੀ ਅੱਛਾ ਐਸ ਇਟ ਆ ਜਿਵੇਂ ਹੈਗੀ ਆ ਜੀ ਉਵੇਂ ਹੈ ਗੱਡੀ ਪ੍ਰਾਈਵੇਟ ਕਾਰ ਆ ਜੀ ਕੋਈ ਮਤਲਬ ਕਿ ਐ ਨਹੀਂ ਹੈਗਾ ਕੋਈ ਕਿਸੇ ਪਾਸੇ ਮਤਲਬ ਕਿ ਕਿਸੇ ਡੀਲਰ ਦੀ ਕਾਰ ਆ ਪ੍ਰਾਈਵੇਟ ਕਾਰ ਆ ਤੇ ਮੀਟਰ ਦੀ 91,000 ਓਰੀਜਨਲ ਚੱਲੀ ਆ ਇੰਟੀਰੀਅਰ ਵਗੈਰਾ ਸਾਫ ਹੈ ਗੱਡੀ ਦਾ LDI ਮਾਡਲ ਆ ਪਾਵਰ ਸਟੀਅਰਿੰਗ ਹੈ ਜੀ ਗੱਡੀ ਦਾ ਪਾਵਰ ਸਟੀਅਰਿੰਗ ਹੈ ਜੀ ਤੇ ਸ਼ੀਸ਼ੇ ਨਾਲ ਦੀ ਨੇ ਸੈਟ ਆਊਟ ਵਾਲੇ ਦਾ ਤੇ ਟਾਇਰ ਹੈ ਨੇ ਤਕਰੀਬਨ 30-40% ਤੇ ਵੀਰ ਜੀ ਮੈਂ ਸਕਰੈਚ ਵਗੈਰਾ ਇਹ ਮਤਲਬ ਕਿ ਆਪਾਂ ਕਰਾਉਣਾ ਠੀਕ ਹੈ ਠੀਕ ਹੈ ਉਹ ਵੀ ਹੈ ਏਜੰਟ ਡੱਗੀ ਸੋਕ ਦੇ ਸਕਦੇ ਆ ਕਾਰ ਡੱਗੀ ਡੁੱਗੀ ਤੇ ਸਾਫ ਹੀ ਹੋ ਜਾਂਦੀਆਂ ਜੀ ਤੇ ਬਹੁਤ ਸਾਫ ਆ ਸਟੇਪਨੀ ਵਾਲਾ ਟਾਇਰ ਹੈਗਾ 30-40% ਹੀ ਹੈ ਜੀ ਲੱਗੇ ਵਜੀ ਤਾਂ ਨਹੀਂ ਹੈਗੀ ਕੋਈ ਐਕਸੀਡੈਂਟ ਨਹੀਂ ਹੈਗੀ ਜੀ ਨੋ ਨੋਨ ਜਿਵੇਂ ਬੀਡੀਆਈ ਦਾ ਲੱਗਿਆ LDI ਹੈ ਬੀਡੀਆਈ ਜੀ ਇਹ LDI ਆ ਇਹ ਮੋਡਲ ਆ ਉਹ ਸਪੀਕਰ ਹੀ ਲੱਗਿਆ ਇਹ ਪਾਲਡੀ ਦਾ ਹੀ ਲਾਇਆ ਲੋ ਜੀ ਕਨੈਕਟਰ ਸੈਟ ਤੋਂ ਦੇਖੋ ਤੇ ਕਰ ਤੁਸੀਂ ਉਹ ਕਿੰਨੇ ਹੈਗੀ ਆ ਐਜੀ ਕਾਈ ਆ ਮਾੜਾ ਮੋਟਾ ਸਕਰੈਚ ਆ ਉਹ ਨਾਲ ਦੇ ਹੀ ਆ ਟੱਚਿੰਗ ਹੈਗੀ ਆ 1-2 ਪੀਸ ਟੱਚਿੰਗ ਹੈਗੀ ਆ ਬਾਕੀ ਕਨੈਕਟਰ ਸੈਟ ਤੋਂ ਦੇਖੋ ਤੇ ਕਰ ਤੁਸੀਂ ਬਾਕੀ ਕਰੋਮ ਦੀ ਐਕਸੈਸਰੀ ਲੱਗੀ ਆ ਥੋੜੀ ਮੋਟੀ ਐਕਸੈਸਰੀ ਲੱਗੀ ਆ ਗੱਡੀ ਦੀ ਮਤਲਬ ਮੋਡੀਫਾਈ ਕੋਈ ਕੀਤੀ ਨਹੀਂ ਰਿਪਲੇਸਬਲੀ ਜਿਵੇਂ ਹੈਗੀ ਆ ਉਹਵੇਂ ਐਜ਼ ਇਟ ਹੀ ਆ ਫਰੰਟ ਦਾ ਸ਼ੀਸ਼ਾ ਨਾਲ ਦੇ ਆ ਜੀ ਬੌਂਡ ਖੋਲ ਕੇ ਦਿਖਾਓ ਗੱਡੀ ਲਓ ਜੀ ਬੌਂਡ ਖੋਲ ਕੇ ਦੇਖ ਸਕਦੇ ਹੋ ਤੁਸੀਂ ਕਾਰ ਹਾਂ ਜੀ ਵੀਰ ਜੀ ਕਿਵੇਂ ਇੰਜਨ ਕਿਵੇਂ ਗੱਡੀ ਦਾ ਜੀ ਬਹੁਤ ਸਾਇਲੈਂਟ ਇੰਜਨ ਆ ਲੈ ਇੰਜਨ ਦੀ ਮਾੜਾ ਗੇਅਰ ਕੋ ਕੱਟ ਕੇ ਦਿਖਾਓ ਜੀ ਗੱਡੀ ਦੀ ਜਿਵੇਂ ਆਪਾਂ ਕੋਈ ਬਲੋ ਬਲੂ ਨਹੀਂ ਕੁਝ ਕੋਈ ਬਲੋ ਨਹੀਂ ਕੋਈ ਛੱਟਾ ਨਹੀਂ ਹੈਗਾ ਦੇਖ ਸਕਦੇ ਹੋ ਮਤਲਬ ਐਜ਼ ਇਟ ਜਿਵੇਂ ਆਪਾਂ ਕਹਿੰਦੇ ਆ ਗੰਦੀ ਮੰਦੀ ਗੱਡੀ ਓਵੇਂ ਹੀ ਆ ਐਸ ਇਟ ਮਤਲਬ ਕੁਛ ਇਹਦਾ ਕਰਾਇਆ ਨਹੀਂ ਗਿਆ ਗੱਡੀ ਦਾ ਦੇਖ ਸਕਦੇ ਹੋ ਤੇ ਬੌਂਡ ਵੀ ਜੀ ਇਹ ਨਵਾਂ ਪਿਆ ਨਾ ਜੀ ਬੌਂਡ ਕੇ ਬੌਂਡ ਚੇਂਜ ਹੈ ਜੀ ਗੱਡੀ ਦਾ ਪਰ ਐਕਸੀਡੈਂਟ ਨਹੀਂ ਹੈਗੀ ਕੋਈ ਪਾਲਡੀ ਨੂੰ ਪੁੱਛਿਆ ਸੀ ਵੀ ਇਹ ਕੀ ਹੋ ਗਿਆ ਹਾਂਜੀ ਹਾਂਜੀ ਉਹ ਕਹਿੰਦਾ ਗਮਲਾ ਗਿਰ ਗਿਆ ਉੱਪਰੋਂ ਫਲੈਟ ਤੋਂ ਚਲੋ ਗਮਲੇ ਨਾਲ ਗਿਰਦੇ ਰਹਿੰਦੇ ਨੇ ਚਲੋ ਕੋਈ ਗੱਲ ਨਹੀਂ ਤੇ ਆਪਣਾ ਉੱਪਰੋਂ ਦੀ ਵਗੈਰਾ ਸਾਫ ਆ ਗੱਡੀ ਤੇ ਵੀਰ ਜੀ ਆਪਾਂ ਜੇ ਇੱਕ ਛੋਟੇ ਜਿਹੇ ਰੇਟ ਦੀ ਗੱਲ ਕਰੀਏ ਗੱਡੀ ਦਾ ਤੇ ਛੋਟਾ ਜਿਹਾ ਰੇਟ ਕੀ ਹੈ ਗੱਡੀ ਦਾ ਇਹ 2.5 ਦੀ ਦੇ ਦਾਂਗੇ ਨੂਫੀ ਨਾਲ 2,00,000 ਪੈ ਕੋਈ ਨੈਗੋਸ਼ੀਏਸ਼ਨ ਕੋਈ ਮਾੜਾ ਮੋਟਾ ਕੋਈ ਹੋ ਸਕਦਾ ਛੋਟਾ ਮੋਟਾ ਫਰਕ ਕੱਢਾਂਗੇ ਵੱਡਾ ਫਰਕ ਨਹੀਂ ਨਿਕਲਣਾ ਥੋੜਾ ਮੋਟਾ ਕਹਿੰਦੇ ਵੀਰ ਜੀ ਕਹਿੰਦੇ ਫਰਕ ਲੱਗਦਾ ਤੇ ਜਿਵੇਂ ਲੋਨ ਦੀ ਚੀਜ਼ ਕਹਿੰਦੇ ਲੋਨ ਇਹ ਤੇ ਹੋ ਜਾਊਗਾ ਜਦੋਂ ਮਤਲਬ ਕਿ ਲੋਨ 10-15,000 ਰੁਪਏ ਦੇ ਕੇ ਹੋ ਸਕਦਾ ਜਿਆਦਾ ਸਿੰਪਲ ਹੋ ਕੇ ਹੋ ਜਾਂਦਾ ਗੱਲ ਪੱਕੀ ਆ ਬਲੇ ਬਿਲਕੁਲ ਆਪਾਂ ਡੈਮ ਜ਼ੋਰ ਕਈ ਕਹਿ ਜਾਂਦੇ ਨੇ ਜੀ ਆ ਜੀ ਫ੍ਰੀ ਗੱਡੀ ਜੀ ਐ ਕਰਤੀ ਜੀ ਇਹ ਗੱਲ ਸਹੀ ਆ ਕੀ ਗੱਲ ਦਾ ਇਹ ਆ ਵੀ ਜੇ ਤੁਹਾਡੀ ਸਿੰਬਲ ਵਧੀਆ ਨਾ ਹੋ ਸਕਦਾ 15,000 ਬਣਾ ਦਵੇ ਅੱਛਾ ਜੀ ਲਓ ਜੀ ਵੀਰ ਜੀ ਕਹਿੰਦੇ ਨੇ ਸ਼ਾਇਦ ਇਹ ਤਾਂ 15,000 ਵੀ ਨਾ ਦੇਵੇ ਨਹੀਂ 10-15,000 ਬਹੁਤ ਬਾਕੀ ਸਾਰਾ ਥੋੜਾ ਲਾਉਣ ਉਹ ਫੁੱਲ ਵੱਡਾ ਫੁੱਲ ਠੀਕ ਆ ਜੀ ਬਿਲਕੁਲ ਜੀ ਬਿਲਕੁਲ ਜੀ ਓਕੇ ਜੀ ਜੇ ਵੀਰੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਰੇ ਲਾਈਕ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਛਾ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ